ਥਾਣਾ ਖਾਲੜਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ। BSF ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਘਰ ਦੇ ਵਿੱਚੋਂ ਹੈਰੋਇਨ, ਪਿਸਟਲ ਅਤੇ 3 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ। ਇਸ ਮੌਕੇ DSP ਭਿੱਖੀਵਿੰਡ ਦਾ ਕੀ ਹੈ ਕਹਿਣਾ, ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਅਤੇ ਦਾਰਾ ਡੱਲ। ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਜਸਵਿੰਦਰ ਸਿੰਘ ਦੇ ਘਰ ਦੀਆਂ ਹਨ, ਜੋ ਪਿੰਡ ਰਾਜੋ ਕੇ ਜ਼ਿਲ੍ਹਾ ਤਰਨ ਤਾਰਨ ਦੀਆਂ ਹਨ। ਦੇਖੋ, BSF ਅਤੇ ਪੰਜਾਬ ਪੁਲਿਸ ਬਾਰਡਰ 'ਤੇ ਪੂਰੀ ਤਰ੍ਹਾਂ ਸਤਰਕ ਅਤੇ ਚੁਕੰਨੀ ਹੈ। ਸਾਡੇ ਕੰਬਾਈਨ ਓਪਰੇਸ਼ਨ ਜਿਹੜੇ ਆ, ਤੁਸੀਂ ਵੇਖਿਆ ਹੋਣਾ ਵੀ ਰੋਜ਼ਾਨਾ ਦੀ ਤਰ੍ਹਾਂ ਚੱਲਦੇ ਰਹਿੰਦੇ ਆ ਅਤੇ ਰੋਜ਼ਾਨਾ ਹੀ ਬਰਾਮਦਗੀਆਂ ਹੋ ਰਹੀਆਂ ਨੇ। ਜਿੱਥੇ ਤੁਹਾਨੂੰ ਯਾਦ ਹੋਵੇਗਾ ਕਿ ਕੱਲ੍ਹ ਅਸੀਂ 4 ਵਿਅਕਤੀ ਇਸੇ ਪਿੰਡ ਦੇ ਗ੍ਰਿਫਤਾਰ ਕੀਤੇ ਸੀ, ਉਹਨਾਂ ਪਾਸੋਂ ਰਿਕਵਰੀਆਂ ਕੀਤੀਆਂ ਸੀ। ਇਸੇ ਲੜੀ 'ਚ ਮੈਂ ਦੱਸਣਾ ਚਾਹੁੰਦਾ ਕਿ ਜਸਵਿੰਦਰ ਸਿੰਘ ਸਨ ਆਫ ਕਾਰਜ ਸਿੰਘ, ਜਿਹੜਾ ਰਾਜੂਕੋ ਪਿੰਡ ਦਾ ਰਹਿਣ ਵਾਲਾ, ਜਿਹਨੂੰ ਆ 2-3 ਦਿਨ ਪਹਿਲਾਂ ਹੀ ਜਿਹੜੀ ਆ ਫਾਜ਼ਿਲਕਾ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਇਹਦੀ ਇਨਫੋਰਮੇਸ਼ਨ ਆ, ਉਹ ਪੰਜਾਬ ਪੁਲਿਸ ਅਤੇ BSF ਨੂੰ ਸਾਂਝੇ ਤੌਰ 'ਤੇ ਪ੍ਰਾਪਤ ਹੋਈ ਅਤੇ ਇਹਦੇ ਘਰ ਦੀ ਅੱਜ ਜਿਹੜੀ ਆ ਸਰਚ ਓਪਰੇਸ਼ਨ ਕੀਤੀ ਗਈ। ਸਰਚ ਓਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਜਿਹੜੀ ਆ ਉਹ ਪੰਜਾਬ ਪੁਲਿਸ ਅਤੇ BSF ਦੇ ਸਾਂਝੇ ਸਰਚ ਓਪਰੇਸ਼ਨ ਨੂੰ ਮਿਲੀ ਆ। ਇਹਦੇ ਵਿੱਚ ਇੱਕ ਜਿਹੜਾ 30 ਦਾ ਸਟਾਰ ਪਿਸਟਲ, ਉਹਦੇ 2 ਮੈਗਜ਼ੀਨ, ਜਿਹੜਾ ਗਲੋਕ ਪਿਸਟਲ 9mm ਆ ਉਹਦੇ 2 ਮੈਗਜ਼ੀਨ, 9mm ਦੇ 108 ਦੇ ਕਰੀਬ ਰਾਊਂਡ, ਅਤੇ ਜਿਹੜਾ 30 ਵਾਲਾ ਪਿਸਟਲ ਆ ਉਹਦੇ 3 ਰਾਊਂਡ, 3 ਕਿਲੋ 124 ਗ੍ਰਾਮ ਜਿਹੜੀ ਟੋਟਲ ਹੈਰੋਇਨ, 3 ਲੱਖ ਰੁਪਈਆ ਜਿਹੜਾ ਕੈਸ਼ ਜਿਹੜਾ ਇੱਥੋਂ ਬਰਾਮਦ ਹੋਇਆ, ਜਿਹਨੂੰ ਅਸੀਂ ਆਪਣੇ ਪੁਜੈਸ਼ਨ ਦੇ ਵਿੱਚ ਲੈ ਕੇ ਥਾਣਾ ਖਾਲੜਾ ਵਿਖੇ FIR ਨੰਬਰ 64 ਜਿਹੜੀ ਦਰਜ ਰਜਿਸਟਰ ਕਰ ਲਈ ਹੈ। ਅਤੇ ਇਹਦੀ ਜਿਹੜੀ ਆ ਤਫਤੀਸ਼ ਆ ਉਹ ਨਿਯਮਾਂ ਮੁਤਾਬਕ ਅਤੇ ਤੱਥਾਂ ਦੇ ਆਧਾਰ 'ਤੇ ਜਿਹੜੀ ਆ ਉਹ ਕੀਤੀ ਜਾਊਗੀ। ਅਤੇ ਜਿਹੜੇ ਵੀ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਵਿਅਕਤੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਪੇਸ਼ ਅਦਾਲਤ ਕੀਤਾ ਜਾਊਗਾ ਅਤੇ ਬਣਦੀਆਂ ਸਜ਼ਾਵਾਂ ਦਵਾਈਆਂ ਜਾਣਗੀਆਂ। ਇਹ ਸਰ ਜਿਹੜਾ ਜਸਵਿੰਦਰ ਸਿੰਘ ਆ ਇਹ ਰਿਹਾ ਪਹਿਲਾਂ ਹੀ ਕਿ ਜਾਂ ਇਹ ਪਹਿਲਾਂ ਹੀ ਅਜੇ ਦੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 2 ਕੁ ਦਿਨ ਪਹਿਲਾਂ ਇਹਨੂੰ ਫਾਜ਼ਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹਦੇ ਪਾਸੋਂ ਉੱਥੇ ਵੀ ਜਿਹੜੇ ਪਿਸਟਲ ਅਤੇ ਜਿਹੜੇ ਮੈਗਜ਼ੀਨ ਆ ਉਹ ਰਿਕਵਰ ਹੋਏ, ਜਿਹਦੀ ਉਹ ਵੱਖਰੇ ਤੌਰ 'ਤੇ ਕਾਰਵਾਈ ਕਰ ਰਿਹਾ। ਇਹ ਇਸੇ ਵਿਅਕਤੀ ਪ੍ਰਤੀ ਜਿਹੜੀ ਇਨਫੋਰਮੇਸ਼ਨ ਪੰਜਾਬ ਪੁਲਿਸ ਅਤੇ BSF ਕੋਲ ਵੀ ਸੀਗੀ, ਜਿਸ ਸੰਬੰਧੀ ਅਸੀਂ ਇਹਦੀ ਬਰਾਮਦਗੀ ਕਰਕੇ ਅਤੇ ਕਾਰਵਾਈ ਕਰ ਰਹੇ।